ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਸੀ ਟੀਵੀ ਮੈਸਰੂਪੇ ਖਬਰਾਂ ਦੇ ਬੁਲੇਟਿਨស្តਾਲਾ ਬਹੁਤ ਬਹੁਤ ਸਵਾਗਤ ਹੈ ਪੇਸ਼ ਆਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆ ਖਬਰਾਂ। ਕੈਨੇਡਾ ਅਮਰੀਕਾ ਤੋਂ ਬਾਅਦ ਹੁਣ ਇਸ ਦੇਸ਼ ਦੇ ਡੇਰੇ ਲਗਾਉਣ ਲੱਗੇ ਭਾਰਤੀ। ਸਿਆਮਾਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਤੋਂ ਮੰਗੀ ਗਈ ਰਿਪੋਰਟ। ਮਾਫੀ ਮੰਗ ਲਈ ਤਿਆਰ ਹੋਈ ਕੁਲਵਿੰਦਰ ਕੋਰ ਰੇਤ ਮਾਫੀਆ ਤੇ ਵੱਡਾ ਐਕਸ਼ਨ ਇਹ ਕਰਬ 37 ਕਰੋੜ ਦਾ ਜੁਰਮਾਨਾ ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਚ ਮਚੇਗਾ ਕਮ ਆਸਾਨ 2 ਕਰੋੜ ਦੀ ਡਰਗ ਮਨੀ ਬੀਐਸਐਫ ਦੇ ਹੋਂਦ ਤੱਕ ਦੀ ਸਭ ਤੋਂ ਵੱਡੇ ਰਖਵਰੇ ਹੁਣ ਇਹਨਾਂ ਖਬਰ ਦਾ ਵਿਸਤਾਰ ਅਮਰੀਕਾ ਤੋਂ ਬਾਅਦ ਹੁਣ ਭਾਰਤੀਆਂ ਨੇ ਹੋਰ ਦੇਸ਼ਾਂ ਵੱਲ ਚਾਲੇ ਪਾ ਲਏ ਹਨ ਰਿਪੋਰਟਾਂ ਦੇ ਮੁਤਾਬਿਕ ਵੱਡੀ ਗਿਣਤੀ ਚ ਪ੍ਰਵਾਸੀ ਨੌਜਵਾਨਾਂ ਨੇ ਹੋਰ ਦੇਸ਼ਾਂ ਦਾ ਰੁਖ ਕਰ ਲਿਆ ਹੈ ਤੇ ਸਭ ਤੋਂ ਮੋਹਰੀ ਭਾਰਤੀ ਹੀ ਦੱਸੇ ਜਾ ਰਹੇ ਹਨ ਇਹ ਦੇਸ਼ ਹੈ ਜਰਮਨੀ ਇੱਥੇ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਮੋਹਰੀ ਭੂਮਿਕਾ ਭਾਰਤੀਆਂ ਦੀ ਬਣ ਗਈ ਹੈ ਹੁਣ 42578 ਭਾਰਤੀ ਵਿਦਿਆਰਥੀ ਜਰਮਨੀ ਵਿੱਚ ਉੱਚ ਸਿੱਖਿਆ ਹਾਸਲ ਕਰ ਰਹੇ ਹਨ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤੀ ਵਿਦਿਆਰਥੀ ਯਾਨੀ ਚੀਨੀ ਵਿਦਿਆਰਥੀਆਂ ਨੂੰ ਪਛਾਣ ਦਿੰਦਾ ਹੈ ਚੀਨ 39000 ਵਿਦਿਆਰਥੀਆਂ ਦੇ ਨਾਲ ਜਰਮਨੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਦੂਜੇ ਨੰਬਰ ਤੇ ਹੈ ਜਰਮਨੀ ਦੇ ਤਕਨੀਕੀ ਉਦਯੋਗ ਵਿੱਚ 7 ਲੱਖ ਨੌਕਰੀਆਂ ਦੀ ਪੇਸ਼ਕਸ਼ ਹੈ ਇਸ ਨੂੰ ਦੇਖਦੇ ਹੋਏ ਸੰਭਾਵਨਾ ਹੈ ਕਿ ਭਾਰਤੀ ਵਿਦਿਆਰਥੀ ਇਹਨਾਂ ਨੌਕਰੀਆਂ ਨੂੰ ਭਰਨ ਜਾ ਰਹੇ ਹਨ ਜਰਮਨੀ ਦੇ ਆਰਥਿਕ ਮੰਤਰਾਲੇ ਦੀ ਰਿਪੋਰਟ ਮੇਕ ਇਟ ਇਨ ਜਰਮਨੀ ਦੇ ਅਨੁਸਾਰ 10 ਸਾਲਾਂ ਵਿੱਚ ਤਕਨੀਕੀ ਉਦਯੋਗ ਵਿੱਚ 70 ਲੱਖ ਅਸਾਮੀਆਂ ਖਾਲੀ ਹੋਣਗੀਆਂ ਜਰਮਨੀ ਦੀ 8 ਕਰੋੜ 25 ਲੱਖ ਦੀ ਆਬਾਦੀ ਵਿੱਚੋਂ 4 ਕਰੋੜ 5 ਲੱਖ ਸਰਗਰਮ ਕਰਮਚਾਰੀ ਹਨ ਇਨ੍ਹਾਂ ਵਿੱਚੋਂ 50% 45 ਸਾਲ ਤੋਂ ਵੱਧ ਉਮਰ ਦੇ ਹਨ ਜਰਮਨ ਅਕਾਦਮਿਕ ਐਕਸਚੇਂਜ ਸਰਵਿਸ ਸੇਂ ਬੁਲਾਰੇ ਮਾਈਕਲ ਫਲੈਕ ਨੇ ਕਿਹਾ ਕਿ ਜਰਮਨੀ ਵਿੱਚ ਪੜ ਰਹੇ ਭਾਰਤੀ ਵਿਦਿਆਰਥੀਆਂ ਦੀ ਔਸਤ ਉਮਰ 25 ਸਾਲ ਹੈ ਇਹ ਵਿਦਿਆਰਥੀ ਜਰਮਨੀ ਦੇ ਬੁਢਾਪੇ ਵਾਲੇ ਕਰਮਚਾਰੀਆਂ ਦੀ ਥਾਂ ਲੈਣਗੇ 10 ਸਾਲਾਂ ਵਿੱਚ ਭਾਰਤੀ ਵਿਦਿਆਰਥੀ ਜ਼ਿਆਦਾਤਰ ਤਕਨੀਕੀ ਦਿਯੋਗਾ ਵਿੱਚ ਹਾਵੀ ਹੋਣਗੇ। ਚੋਣਾਂ ਤੋਂ ਬਾਅਦ ਸੀਐਮ ਭਗਵੰਤ ਮਾਨ ਵਰਕ ਮੋਡ ਉੱਤੇ ਆ ਗਏ ਹਨ। ਉਹਨਾਂ ਨੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਫਸਰਾਂ ਦੇ ਨਾਲ ਖਾਸ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਨੇ ਰਾਸ਼ਨ ਕਾਰਡਾਂ ਦੇ ਮਸਲੇ ਨੂੰ ਲੈ ਕੇ ਵਿਸਤਾਰ ਦੇ ਵਿੱਚ ਚਰਚਾ ਕੀਤੀ ਇਸ ਦੇ ਇਲਾਵਾ ਉਹਨਾਂ ਨੇ ਦੱਸਿਆ ਕਿ ਚੋਣਾ ਸਮੇਂ ਕੁਝ ਅਫਵਾਹਾਂ ਰਾਸ਼ਨ ਕਾਰਡ ਕੱਟੇ ਜਾਣ ਨੂੰ ਲੈ ਕੇ ਫੈਲਾਈਆਂ ਗਈਆਂ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਰਾਸ਼ਨ ਕਾਰਡ ਨਹੀਂ ਕਟਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਐਕਸ ਉੱਤੇ ਮੀਟਿੰਗ ਦੇ ਵਿੱਚ ਹੋਈ ਚਰਚਾ ਨੂੰ ਦੱਸਿਆ ਅਤੇ ਉਹਨਾਂ ਨੇ ਲਿਖਿਆ ਕੀ ਅੱਜ ਖੁਰਾਕ ਤੇ ਸਪਲਾਈ ਵਿਭਾਗ ਦੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਤੇ ਰਾਸ਼ਨ ਕਾਰਡਾਂ ਦੇ ਮਸਲੇ ਨੂੰ ਲੈ ਕੇ ਵਿਸਤਾਰ ਸਹਿਤ ਚਰਚਾ ਕੀਤੀ। ਚੋਣਾਂ ਦੇ ਸਮੇਂ ਕੁਝ ਅਫਵਾਹਾਂ ਰਾਸ਼ਨ ਕਾਰਡ ਕੱਟੇ ਜਾਣ ਨੂੰ ਲੈ ਕੇ ਫਲਾਈਆਂ ਗਈਆਂ ਸੀ ਪਰ ਸਰਕਾਰ ਨੇ ਕੋਈ ਰਾਸ਼ਨ ਨਹੀਂ ਕਟਿਆ। ਸਾਰੇ ਜ਼ਿਲ੍ਹਿਆਂ ਦੇ ਡੀਸੀਸ ਤੋਂ ਵੀ ਰਿਪੋਰਟ ਮੰਗ ਲਈ ਗਈ ਹੈ। ਕੰਗਨਾਰ ਨੌਤ ਨੂੰ ਚੰਡੀਗੜ੍ਹ ਹਵਾਈ ਅੱਡੇ ਤੇ ਸੀਆਈਐਸਐਫ ਦੀ ਮਹਿਲਾ ਕਰਮਚਾਰੀ ਵੱਲੋਂ ਥੱਪੜ ਮਾਰਨ ਦਾ ਮਾਮਲਾ ਪੱਕਦਾ ਜਾ ਰਿਹਾ ਹੈ। ਉਨ੍ਹੀ ਸੀਆਈਐਸਐਫ ਦੇ ਡੀਆਈਜੀ ਵਿਨੇ ਕਾਜਲਾ ਦਾ ਕਹਿਣਾ ਹੈ ਕਿ ਕੁਲਵਿੰਦਰ ਕੋਰ ਨੂੰ ਆਪਣੀ ਗਲਤੀ ਉੱਤੇ ਪਛਤਾਵਾ ਹੋ ਰਿਹਾ ਹੈ ਅਤੇ ਉਹ ਆਪਣੀ ਗਲਤੀ ਲਈ ਮਾਫੀ ਮੰਗ ਲਈ ਤਿਆਰ ਹੈ। ਸੀਆਈਐਸਐਫ ਦੇ ਡੀਆਈਜੀ ਉਤਰੀ ਯਾਨੀ ਹਵਾਈ ਅੱਡੇ ਵਿਨੇ ਕਾਜਲਾ ਨੇ ਕਿਹਾ ਕਿ ਮੈਂ ਕੱਤਨਾ ਦੋ ਵਾਰ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚਿਆ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਲਈ ਅਧਿਕਾਰੀ ਦਾ ਕਹਿਣਾ ਹੈ ਕਿ ਮੁਹਾਲੀ ਪੁਲਿਸ ਨੇ ਡੇ ਕੁਲਵਿੰਦਰ ਕੋਰ ਖਿਲਾਫ ਧਾਰਾ 323 ਅਤੇ 341 ਤਹਿਤ ਕੇਸ ਅਰਜ ਕਰ ਲਿਆ ਦੋਵੇਂ ਜ਼ਮਾਨਤੀ ਧਾਰਾਵਾਂ ਹਨ ਵਿਨੇ ਕਾਜਲਾ ਦਾ ਕਹਿਣਾ ਹੈ ਕਿ ਕੀਆ ਕਿ ਸੁਰੱਖਿਆ 'ਚ ਲਾਪਰਵਾਹੀ ਹੋਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਾਜਲਾ ਨੇ ਕਿਹਾ ਕਿ ਇਸ ਮਾਮਲੇ ਦੀ ਦੋਸ਼ੀ ਕੁਲਵਿੰਦਰ ਕੋਰ ਹੁਣ ਮਾਫੀ ਮੰਗ ਰਹੀ ਹੈ। ਕਾਜਲਾ ਨੇ ਵੀ ਕਿਹਾ ਕਿ ਮੈਂ ਖੁਦ ਕੰਗਨਰ ਨੋਤ ਨੂੰ ਦਿੱਲੀ 'ਚ ਮਿਲਿਆ ਹਾਂ। ਇਸ ਤੋਂ ਇਲਾਵਾ ਮੈਂ ਇਸ ਘਟਨਾ ਲਈ ਕੰਗਨਰ ਨੋਤ ਨੂੰ ਮਾਫੀ ਵੀ ਮੰਗੀ ਹੈ। ਉਹਨਾਂ ਨੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਕੰਗਨਾ ਪੁੱਛ ਰਹੀ ਸੀ ਕਿ ਕੁਲਵਿੰਦਰ ਕੋਰ ਕੌਣ ਹੈ? ਉਸ ਦਾ ਪਰਿਵਾਰਕ ਪਿਸ਼ੋਕਰ ਕੀ ਹੈ? ਉਸਨੇ ਮੈਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ? ਕੁਲਵਿੰਦਰ ਕੋਰ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ। ਉਸ ਦੇ ਖਿਲਾਫ ਜਾਂਚ ਅਜੇ ਵੀ ਜਾਰੀ ਹੈ। ਰਸਮੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਇਹ ਉਸ ਲਈ ਭਾਵਨਾਤਮਕ ਮਾਮਲਾ ਸੀ ਉਸਨੇ ਭਾਵੁਕ ਹੋ ਕੇ ਇਸ ਕਤਨ ਨੂੰ ਅੰਜਾਮ ਦਿੱਤਾ ਹੁਣ ਉਸ ਨੂੰ ਪਛਤਾਵਾ ਹੈ ਤੇ ਉਹ ਮਾਫੀ ਮੰਗ ਰਹੀ ਹੈ ਡੀਆਈਜੀ ਨੇ ਦੱਸਿਆ ਕਿ ਕੁਲਵਿੰਦਰ ਦਾ ਪਤੀ ਵੀ ਸੀਆਈਐਸਐਫ ਵਿੱਚ ਕੰਮ ਕਰਦਾ ਹੈ ਅਤੇ ਇਹ ਕੁੱਤੇ ਦੇ ਦਸਤੇ ਵਿੱਚ ਤਨਾਤ ਹੈ ਕਾਜਲਾ ਨੇ ਕਿਹਾ ਕਿ ਇਹ ਸੱਚ ਹੈ ਕਿ ਹਵਾਈ ਅੱਡੇ ਤੇ ਸੁਰੱਖਿਆ ਦੀ ਖਾਮੀ ਹੋਈ ਹੈ ਕੁਲਵਿੰਦਰ ਤਲਾਸ਼ੀ ਜ਼ੋਨ ਵਿੱਚ ਤਨਾਸੀ ਪਰ ਉਹ ਕਿਸੇ ਹੋਰ ਜਗ੍ਹਾ ਚਲੀ ਗਈ ਸੀ ਮੱਧ ਪ੍ਰਦੇਸ਼ ਰੇਤ ਦੀ ਨਜਾਇਜ਼ ਮਾਈਨਿੰਗ ਤੇ ਵੱਡੀ ਕਾਰਵਾਈ ਕੀਤੀ ਗਈ ਇਸ ਤਹਿਤ ਅਦਾਲਤ ਵੱਲੋਂ ਐਡੀਐਮ ਅਦਾਲਤ ਵੱਲੋਂ 1 ਅਰਬ 37 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਇਹ ਕਾਰਵਾਈ ਰੇਤ ਦੀ ਨਜਾਇਜ਼ ਮਾਈਨਿੰਗ ਤੇ ਚਾਰ ਮਾਮਲਿਆਂ ਵਿੱਚ ਕੀਤੀ ਗਈ ਹੈ ਇਸ ਤੋਂ ਇਲਾਵਾ 1 ਕਰੋੜ 25 ਲੱਖ ਰੁਪਏ ਦੇ ਦੋ ਪੋਕ ਲੈਂਡ ਅਤੇ ਇੱਕ ਜੀਸੀਬੀ ਜ਼ਬਤ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ ਦੂਜੇ ਪਾਸੇ ਬੈਤੂਲ ਅਦਾਲਤ ਦੀਆਂ ਹਦਾਇਤਾਂ ਮੁਤਾਬਕ ਜੇ ਇਹ ਰਕਮ 7 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਨਾ ਕਰਵਾਈ ਗਈ ਤਾਂ ਰੇਤ mafia ਦੀ ਚਲ ਅਚਲ ਜਾਇਦਾਦ ਜ਼ਬਤ ਕਰਕੇ ਇਹ ਰਕਮ ਵਸੂਲੀ ਜਾਵੇਗੀ ਇਸ ਕਾਰਵਾਈ ਵਿੱਚ ਖਣਿਜ ਵਿਭਾਗ ਵੱਲੋਂ ਅੰਕੁਰ ਰਾਠੌਰ ਅਰਸ਼ਦ ਕੁਰੇਸ਼ੀ ਸਾਬੂ ਮਹਿੰਦਰ ਤਾਕਰ ਦੀਪੇਸ਼ ਪਟੇਲ ਰਵਿੰਦਰ ਚੋਹਾਨ ਅਤੇ ਮੁਹੰਮਦ ਇਲਿਆਸ ਖਿਲਾਫ ਕੇਸ ਸਰਜ ਕੀਤਾ ਗਿਆ ਜ਼ਿਕਰ ਹੋਇਆ ਹੈ ਕਿ ਕਲੈਕਟਰ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਨਰਿੰਦਰ ਕੁਮਾਰ ਸੂਰੇਵੰਸ਼ੀ ਵੱਲੋਂ 14 ਅਤੇ 15 ਮਈ 2024 ਦੀ ਰਾਤ ਨੂੰ ਰੇਤ ਦੀ ਨਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਕੀਤੀ ਗਈ ਸੀ। ਐਰੀਅਮ ਰਾਜੀਵ ਨੰਦਨਦੀ ਸ਼ਰਵਾਸਤਵ ਨੇ 4 ਮਾਮਲਿਆਂ ਵਿੱਚ 7 ਵਿਅਕਤੀਆਂ ਦੇ ਖਿਲਾਫ 1 ਅਰਬ 38 ਕਰੋੜ 21 ਲੱਖ ਰੁਪਏ ਦੀ ਵਸੂਲੀ ਦੇ ਹੁਕਮ ਦਿੱਤੇ ਜੇ ਉਹ 7 ਦਿਨਾਂ ਦੇ ਅੰਦਰ ਅੰਦਰ ਰਕਮ ਜਮ੍ਹਾਂ ਨਹੀਂ ਕਰਵੰਦੇ ਤਾਂ ਰੇਟ ਮਾਫੀਆ ਦੀ ਚਲ ਅਚਲ ਜਾਇਦਾਦ ਕੁਰ ਕਰਕੇ ਬਾਕੀ ਰਕਮ ਵਸੂਲ ਕੀਤੀ ਜਾਵੇਗੀ ਸ਼ਾਹਪੂਰ ਦੇ ਰਹਿਣ ਵਾਲੇ ਅੰਕੁਰ ਉਰਫ ਰਿੰਕੂ ਰਾਠੌਰ ਅਤੇ ਅਰਸ਼ਦ ਕੁਰੇਸ਼ੀ ਖਿਲਾਫ ਪਿੰਡ ਗੁੰਡਾ ਵਿੱਚ ਇੱਕ ਅਤੇ ਡੰਡੂਪੂਰਾ ਵਿੱਚ ਦੋ ਕੇਸ दर्ज ਕੀਤੇ ਗਏ ਹਨ ਇਹਨਾਂ ਵਿੱਚ 53 ਕਰੋੜ 10 ਲੱਖ 60 ਹਜ਼ਾਰ ਰੁਪਏ ਦੀ ਲਾਗਤ ਵਾਲੇ ਗੁਰਗੁੰਦਾ ਅਤੇ ਪੋਗਲੈਂਡ ਰਾਜਸਥਾਨ ਵਿੱਚ 60 ਲੱਖ ਰੁਪਏ ਦੀ ਲਾਗਤ ਨਾਲ 70898 ਮੀਟਰ ਰੇਤ ਦੀ ਖੁਦਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਜਲੰਧਰ ਲੋਕ ਸਭਾ ਚੋਣਾਂ ਦੌਰਾਨ ਵੈਸਟ ਵਿਧਾਨ ਸਭਾ ਹਲਕਾ ਦੇ ਵਿਧਾਇਕ ਸ਼ੀਤਲੰਗੁਰਾਲ ਵੱਲੋਂ ਆਪਣਾ ਅਸਤੀਫਾ ਦੇਣ ਅਤੇ ਵਿਧਾਨ ਸਭਾ ਸਪੀਕਰ ਵੱਲੋਂ ਅਸਤੀਫਾ ਸਵੀਕਾਰ ਕਰ ਲੈਣ ਤੋਂ ਬਾਅਦ ਹਲਕਾ ਦੇ ਵਿੱਚ ਜ਼ਿਮਨੀ ਚੋਣ ਹੋਣੀ ਤੈਅ ਹੋ ਚੁੱਕੀ ਹੈ ਇਹ ਚੋਣ ਅਗਲੇ 6 ਮਹੀਨਿਆਂ ਅੰਦਰ ਹੋਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਕਾਂਗਰਸ ਵੱਲੋਂ ਚੋਣ ਲੜਨ ਦੇ ਇੱਛੂ ਉਮੀਦਵਾਰ ਵੀ ਵਾਸੀ ਸਰਗਰਮ ਹੋ ਗਏ ਹਨ ਅਤੇ ਇਹ ਟਿਕਟ ਹਾਸਲ ਕਰਨ ਨੂੰ ਲੈ ਕੇ ਪਾਰਟੀ ਤੇ ਦਬਾਅ ਬਣਾਉਣ ਦੀ ਖਾਤਰ ਹੁਣ ਤੋ ਹੀ ਜਾਤੀ ਸਵੀਕਰਨ ਬਠੌਣ ਵਿੱਚ ਜੁਟ ਗਏ ਹਨ ਜ਼ਿਕਰਯੋਗ ਹੈ ਕਿ ਵੈਸਟ ਹਲਕਾ ਸੀਟ ਰਿਜ਼ਰਵ ਕੋਟੇ ਵਿੱਚ ਹੈ ਅਤੇ ਇੱਥੇ ਸਿਰਫ ਅਨੁਸੂਚਿਤ ਪਾਈਚਾਰੇ ਨਾਲ ਸੰਬੰਧਿਤ ਉਮੀਦਵਾਰ ਹੀ ਚੋਣ ਲੜ ਸਕਦੇ ਹਨ ਲੰਗੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 175000 ਵੋਟਾਂ ਨਾਲ ਹੋਏ ਜਿੱਤ ਕਾਰਨ ਕਾਂਗਰਸੀਆਂ ਵਿੱਚ ਚੋਣ ਲੜਨ ਨੂੰ ਲੈ ਕੇ ਉਤਸ਼ਾਹ ਜ਼ਿਆਦਾ ਦਿਖ ਰਿਹਾ ਹੈ ਇੰਨਾ ਹੀ ਨਹੀਂ ਕਾਂਗਰਸ ਨੇ ਇਸ ਹਲਕੇ ਵਿੱਚ ਵੀ 1550 ਵੋਟਾਂ ਨਾਲ ਜਿੱਤ ਹਾਸਲ ਕਰਕੇ ਆਪਣਾ ਕਬਜ਼ਾ ਜਮਾ ਲਿਆ ਹੈ 23 अप्रैल 2023 ਨੂੰ ਵੈਸਟ ਹਲਕੇ ਦੇ ਇੰਚਾਰਜ ਅਤੇ ਕਾਂਗਰਸ ਹਸਾਬ ਦਾ ਵਿਧਾਇਕ ਰਹੇ ਸੁਸ਼ੀਲ ਰਿੰਕੂ ਕਾਂਗਰਸ ਨੂੰ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਨਾਲ ਵੈਸਟ ਹਲਕਾ ਲੀਡਰਸ਼ਿਪ ਵਿਉਣਾ ਹੋ ਗਿਆ ਸੀ। ਲੋਕ ਸਭਾ ਦੀ ਜਮਨੀ ਚੋਣ ਦੌਰਾਨ ਹਲਕਾ ਇੰਚਾਰਜੀ ਰੇਸ ਵਿੱਚ ਕਈ ਆਗੂਆਂ ਦੇ ਹੋਣ ਕਾਰਨ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਸੇ ਇੱਕ ਆਗੂ ਦੇ ਹੱਥ ਕਮਾਨ ਸੰਪੰਨ ਦੀ ਵਜਾਇਆ। ਖੁਦ ਹਲਕੇ ਵਿੱਚ ਚੋਣ ਪ੍ਰਚਾਰ ਦੀ ਮਹਿਮ ਸੰਭਾਲੀ ਰੱਖੇ ਜ਼ਿਮਨੀ ਚੋਣ ਤੋਂ ਬਾਅਦ ਵੀ ਕਾਂਗਰਸ ਹਾਈ ਕਮਾਂਡ ਹਲਕਾ ਇਨਚਾਰਜ ਨੂੰ ਲੈ ਕੇ ਕੋਈ ਫੈਸਲਾ ਨਹੀਂ ਕਰ ਸਕੇ ਲੋਕ ਸਭਾ 2024 ਦੀਆਂ ਆਮ ਚੋਣਾਂ ਦੌਰਾਨ ਵੀ ਚਰਨਜੀਤ ਚੰਨੀ ਨੇ ਵੜਿੰਗ ਦੀ ਰਣਨੀਤੀ ਨੂੰ ਅਪਣਾਉਂਦਿਆ ਖੁਦ ਇਸ ਹਲਕੇ ਨੂੰ ਲੀਡ ਕੀਤਾ ਅਤੇ ਇਸ ਕੰਮ ਵਿੱਚ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੈਰੀ ਨੂੰ ਆਪਣੇ ਨਾਲ ਰੱਖਿਆ ਸਰਹੱਦੀ ਕੰਡਿਓ ਵਾਲੀ ਤਾਰ ਦੇ ਆਲੇ ਦੋ ਆਲੇ ਪਹਿਰਾ ਦੇਣ ਦੇ ਨਾਲ-ਨਾਲ ਬੀਐਸਐਫ ਇੰਟੈਲੀਜੈਂਸ ਟੀਮ ਨੇ ਸਰਹੱਦੀ ਪਿੰਡਾਂ ਵਿੱਚ ਪੁਲਿਸ ਦੇ ਸਹਿਯੋਗ ਦੇ ਨਾਲ ਛਾਪੇਮਾਰੀ ਅਤੇ ਸਰਚ ਅਭਿਆਨ ਚਲਾਇਆ ਹੈ ਜਿਸ ਵਿੱਚ ਉਹਨਾਂ ਨੂੰ ਵੱਡੀ ਸਫਲਤਾ ਮਿਲ ਰਹੀ ਹੈ ਜਾਣਕਾਰੀ ਅਨੁਸਾਰ ਸਰਹੱਦੀ ਪਿੰਡ ਕੱਕੜ ਇਲਾਕੇ ਵਿੱਚ ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਮਕ ਸਮਗਲਰਾਂ ਦੇ ਕਾਰਜਾਪੇਮਾਰੀ ਕਰਕੇ 2 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਜੋ ਬੀਐਸਐਫ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ ਆਲਮ 에리아 ਕਿ ਡਰਗ ਮਨੀ ਨੂੰ ਗਿਨਨ ਲਈ ਨੋਟ ਗਿਨਨ ਵਾਲੀ ਮਸ਼ੀਨ ਮੰਗਵਾਨੀ ਪਈ ਜਦਕਿ ਦੂਜੇ ਪਾਸੇ ਫੜੇ ਗਏ ਦੋਸਮਗਲਰਾ ਵਿੱਚ ਬਲਵਿੰਦਰ ਸਿੰਘ ਦੇ ਦੋ ਲੜਕੇ ਹਰਬੀਜ ਸਿੰਘ ਉਰਫ ਪੇਜਾ ਅਤੇ ਗੁਰਬੀਰ ਸਿੰਘ ਪਹਿਲਾਂ ਹੀ ਨਸ਼ਾ ਸਮਗਲਿੰਗ ਦੇ ਵੱਖ-ਵੱਖ ਕੇਸਾਂ ਵਿੱਚ ਸ਼ਾਮਲ ਹੋਣ ਤੇ ਜੇਲ੍ਹ ਵਿੱਚ ਬੰਦ ਹਨ ਅਤੇ ਜੇਲ੍ਹ ਅੰਦਰੋਂ ਨਸ਼ਾ ਸਮਗਲਿੰਗ ਦਾ ਨੈਟਵਰਕ ਚਲਾ ਰਹੇ ਸਨ ਫੜੇ ਗਏ ਸਮਗਲਰਾ ਕੋਲੋਂ ਬਰਾਮਦ ਕੀਤੇ ਗਏ ਪੰਜ ਮੋਬਾਈਲ ਫੋਨ ਅਤੇ ਲੈਪਟਾਪ ਦੀ ਵੱਡੇ ਖੁਲਾਸੇ ਕਰ ਸਕਦੇ ਹਨ ਅਤੇ ਬੀਐਸਐਫ ਅਤੇ ਪੁਲਿਸ ਦੋਵੇਂ ਹੀ ਏਜੰਸੀਆਂ ਨੂੰ ਇੰਨਾ ਸਮਗਲਰਾਂ ਬਾਰੇ ਪਤਾ ਲੱਗ ਸਕਦਾ ਹੈ ਜਿਨ੍ਹਾਂ ਨੂੰ ਬਲਵਿੰਦਰ ਸਿੰਘ ਅਤੇ ਉਸ ਦੇ ਸਾਥੀ ਗੁਰਪ੍ਰੀਤ ਨਸ਼ੇ ਦੀ ਸਪਲਾਈ ਜਾਂ ਹਵਾਲਾ ਰਸ਼ੀਦ ਿੰਦੇ ਰਹੇ ਹਨ ਪੁਰਾਣੇ ਰਵਾਇਤੀ ਟੰਗ ਨੂੰ ਛੱਡ ਕੇ ਆਧੁਨਿਕ ਤਕਨੀਕ ਵਾਲੇ ਡਰੋਨ ਹੁਣ ਸਮਗਲਰਾਂ ਵੱਲ ਉਡਾਏ ਜਾ ਰਹੇ ਹਨ ਜੋ ਐਡੀਐਸ ਯਾਨੀ ਐਂਟੀ ਡਰੋਨ ਟੈਕਨੋਲੋਜੀ ਦੇ ਰਡਾਰ ਵਿੱਚ ਵੀ ਨਹੀਂ ਆਉਂਦੇ ਮੰਨਿਆ ਜਾਂਦਾ ਹੈ ਕਿ ਸਰਹੱਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਘਟੋ ਘਟ 10 ਰਾਊਂਡ ਕਰਨ ਤੋਂ ਬਾਅਦ ਜਾ ਇਸ ਤੋਂ ਵੱਧ ਚੱਕਰ ਲਗਾਉਣ ਤੋਂ ਮਾਮਲੇ ਵਿੱਚ ਸਿਰਫ ਇੱਕ ਵਾਰ ਜਾਂ ਇਸ ਤੋਂ ਵੀ ਘੱਟ ਐਵਰੇਜ ਵਿੱਚ ਡਰੋਨ ਫੜਿਆ ਜਾਂਦਾ ਹੈ ਅਤੇ ਆਮ ਤੌਰ ਤੇ ਡਰੋਨ ਹੈਰੋਇਨ ਜਾਂ ਹੋਰ ਇਤਰਾਜ਼ਮਗਰੀ ਜਿਸ ਵਿੱਚ ਹਥਿਆਰ ਅਤੇ ਹੋਰ ਸਮਾਨ ਸੁੱਟਣ ਤੋਂ ਬਾਅਦ ਵਾਪਸ ਚਲਾ ਜਾਤਾ ਹੈ ਅਤੇ ਬੀਐਸਐਫ ਦੇ ਹੱਥ ਨਹੀਂ ਲੱਗਦਾ ਇੱਕ ਪਾਸੇ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀਆਂ ਜੇਲਾ ਵਿੱਚ ਜੈਮਰ ਲਗਾਏ ਜਾ ਰਹੇ ਹਨ ਜਿੱਥੋਂ ਤੱਕ ਕਿ ਪੁਲਿਸ ਦੀ ਤਾਂ ਪੈਰਾ ਮਿਲਟਰੀ ਬਲ ਵੀ ਤਾਇਨਾਤ ਕਰ ਦਿੱਤੇ ਗਏ ਹਨ ਪਰ ਜੇਲਾ ਵਿੱਚ ਬੰਦ ਪੁਰਾਣੇ ਸਮਗਲਰ ਅਤੇ ਗੈਂਗਸਟਰ ਅੰਦਰੋਂ ਹੀ ਆਪਣਾ ਨੈਟਵਰਕ ਚਲਾ ਰਹੇ ਹਨ ਜਿਨ੍ਹਾਂ ਨੂੰ ਤੋੜ ਪਾਉਣਾ ਸੁਰੱਖਿਆ ਏਜੰਸੀਆਂ ਲਈ ਵੀ ਵੱਡੀ ਸਿਰਦਰਦੀ ਬਣੀ ਹੋਈ ਹੈ ਹਾਲੀ ਵਿਚ ਐਡੀਸੀਪੀ ਸਿਟੀ ਇੱਕ ਮੈਡਮ ਦਰੁਪਨ ਅਲੂਵਾਲੀਆ ਦੀ ਅਗਵਾਈ ਵਿੱਚ ਇੱਕ ਲੈਬ ਟੈਕਨੀਸ਼ੀਅਨ ਨੂੰ ਰੰਗੇ ਹੱਤੀ ਗ੍ਰਫਤਾਰ ਕੀਤਾ ਗਿਆ ਜੋ ਸੈਂਪਲ ਲੈਣ ਦੇ ਬਹਾਨੇ ਜੇਲ੍ਹ ਵਿੱਚ ਨਸ਼ੇ ਦੀ ਸਪਲਾਈ ਕਰਦਾ ਸੀ ਅਤੇ ਉਸ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਜ਼ਿਲ੍ਹਾ ਦੇ ਅੰਦਰ ਵੀ ਨਸ਼ਾ ਪਹੁੰਚ ਰਿਹਾ ਹੈ ਅਤੇ ਨਸ਼ੇ ਦੀ ਆਮਦ ਤੋਂ ਲੈ ਕੇ ਨਸ਼ੇ ਦੀ ਵਿਕਰੀ ਅਤੇ ਹਵਾਲਾ ਤੱਕ ਦੀ ਰਣਨੀਤੀ ਜ਼ਿਲ੍ਹਾ ਦੇ ਅੰਦਰੋਹੀ ਬੰਦੀ ਹੈ ਅਤੇ ਅਮਲੀ ਜਾਮਾ ਪਹਿਨਦੀ ਹੈ ਸਰਹੱਦ ਤੋਂ ਹੋਣ ਕਾਰਨ ਪੰਜਾਬ ਇੱਕ ਸਵੇਦਨਸ਼ੀਲ ਸੂਬਾ ਹੈ ਨਸ਼ਾ ਸਰਹੱਦ ਪਾਰ ਤੋਂ ਆ ਰਿਹਾ ਹੈ ਤੇ ਇਸੇ ਗਵਾਂਡੀ ਸੂਬੇ 'ਚ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਪਰ ਪੁਲਿਸ ਅਜੇ ਹੇ ਮਾਮਲੇ 'ਚ ਗੰਭੀਰ ਨਹੀਂ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਰੀਦਕੋਟ ਜ਼ਿਲ੍ਹੇ ਦੇ ਬਾਜਾਖਾਨਾ ਥਾਣੇ ਵਿੱਚ ਐਨਡੀपीएस ਕੇਸ ਵਿੱਚ ਇੱਕ ਮੁਲਜ਼ਮ ਨੂੰ ਜ਼ਮਾਨਤ ਦਿੰਦੇ ਹੋਏ ਇਹ ਟਿੱਪਣੀ ਕੀਤੀ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਵਿਆਪਕ ਸਮੱਸਿਆ ਨੂੰ ਯਾਦ ਕਰਵਾਉਣ ਦੀ ਕੋਈ ਲੋੜ ਨਹੀਂ ਹੈ ਇਸ ਤੋਂ ਪਹਿਲਾਂ ਵੀ ਸੂਬੇ ਦੇ ਪੁਲਿਸ ਮੁਖੀ ਵੱਲੋਂ ਅਜਿਹੇ ਮਾਮਲੇ ਵਿੱਚ ਇਸ ਗਾਸਾ ਗਵਾਹ ਵੱਜੋਂ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਪ੍ਰੋਪੋਜ਼ਲ ਦੇ باوجود ਇਹ ਅੱਗੇ ਵਧਣ ਵਿੱਚ ਅਸਫਲ ਰਿਹਾ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਹਾਈ ਕੋਰਟ ਹੁਣ ਸੂਬੇ ਦੁਆਰਾ ਪਵਿੱਖ ਵਿੱਚ ਪਾਲਣਾ ਦੇ ਬਾਫੀ ਅਤੇ ਭਰੋਸੇ ਨੂੰ ਸਵੀਕਾਰ ਨਹੀਂ ਕਰੇਗੀ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਬਣਾਉਣ ਦੇ ਲਈ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ ਜਿਸ ਵਿੱਚ ਲੋੜ ਪੈਂ ਤੇ ਗਲਤੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨਾ ਸ਼ਾਮਲ ਹੈ ਜਸਟਿਸ ਮੰਜਰੀ ਨਹਿਰੂ ਕੋਲ ਨੇ ਕਿਹਾ ਕਿ ਅਦਾਲਤ ਨੇ ਮੁਕਦਮੇ ਦੀ ਗਵਾਹਾਂ ਵੱਲੋਂ ਹੇਠਲੀ ਅਦਾਲਤ ਦੇ ਸਾਹਮਣੇ ਪੇਸ਼ ਹੋਣ ਵਿੱਚ ਲਗਾਤਾਰ ਅਸਫਲਤਾ ਨੂੰ ਦੇਖਿਆ ਹੈ ਖਾਸ ਤੌਰ ਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਦੇ ਤਹਿਤ ਪੇਸ਼ ਹੋਣ ਵਿੱਚ ਅਸਫਲ ਰਹੇ ਹਨ ਜਸਟਿਸ ਕੋਲ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਨੂੰ ਨਸ਼ਿਆਂ ਦੇ ਮਾਮਲਿਆਂ ਵਿੱਚ ਪੁਲਿਸ ਅਧਿਕਾਰੀਆਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਇਸ ਦੇ ਜਵਾਬ ਵਿੱਚ ਥਾਣਾ ਮੁਖੀ ਨੇ ਬੈਂਚ ਅੱਗੇ ਪੇਸ਼ ਹੋ ਕੇ ਸਪਸ਼ਟ ਵਾਅਦਾ ਕੀਤਾ ਸੀ ਕਿ ਅਜਿਹੇ ਕੇਸਾਂ ਦੇ ਕਾਰਵਾਈ ਵਿਚ ਇਸ ਗਾਸਾ ਪੱਖ ਦੇ ਗਵਾ ਬਕਾਇਦਾ ਸੰਬੰਧਿਤ ਅਦਾਲਤ ਵਿੱਚ ਪੇਸ਼ ਹੋਣਗੇ ਅਤੇ ਜਲਦੀ ਹੀ ਆਪਣੇ ਸਬੂਤ ਦਰਜ ਕਰਵਾਉਣਗੇ ਚੰਡੀਗੜ੍ਹ 에어ਪੋਰਟ ਤੇ ਕੰਗਨਾਰ ਨੋਦੇ ਥੱਪੜ ਕਾਂਢ ਬਾਦ ਵਿਵਾਦ ਹੋਰ ਡੂੰਗਾ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਪੰਜਾਬ ਦੀਆਂ ਸਿੱਖ ਤੇ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੋਰ ਦੇ ਹੱਕ ਵਿੱਚ ਨਿਤਰ ਆਈਆਂ ਹਨ। ਦੂਜੇ ਪਾਸੇ ਰਾਜਪੂਤ ਪਾਈਚਾਰਾ ਕੰਗਨਾ ਦੇ ਹੱਕ ਵਿੱਚ ਨਿਤਰ ਆਇਆ ਹੈ। ਪਰ ਇਸ ਦੌਰਾਨ ਕੁਲਵਿੰਦਰ ਕੋਰ ਦੇ ਪਰਿਵਾਰ ਨੇ ਥੱਪੜ ਮਾਰਨ ਦੀ ਵੀਡੀਓ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਕੁਲਵਿੰਦਰ ਕੋਰ ਦੀ ਮਾਂ ਵੀਰ ਕੋਰ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਕੁਲਵਿੰਦਰ ਨੇ ਬਿਨਾਂ ਕਿਸੇ ਕਾਰਨ ਕੰਗਨਾ ਦੇ ਹੱਥ ਚੁੱਕਿਆ ਹੋਵੇਗਾ। ਜਦਕਿ ਕੁਲਵਿੰਦਰ ਕੋਰ ਦੇ ਪਿਤਾ ਜੋ 1 ਸਾਲ ਤੋਂ ਬਿਮਾਰ ਹਰ ਹਨ ਉਹਨਾਂ ਨੂੰ ਕਟਨਾ ਬਾਰੇ ਦੱਸਿਆ ਨਹੀਂ ਗਿਆ ਲੋਕ ਕੁਲਵਿੰਦਰ ਕੋਰ ਦੇ ਕਾਰਨ ਘਰ ਆ ਰਹੇ ਹਨ ਉਹਨਾਂ ਨੂੰ ਵੀ ਪਿਤਾ ਨੂੰ ਕਟਨਾ ਕਰਮ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਵੀਰ ਕੋਰ ਦਾ ਕਹਿਣਾ ਹੈ ਕਿ ماں ਕਿੰਨੀ ਵੀ ਮਾੜੀ ਜਾਂ ਚੰਗੀ ਕਿਉਂ ਨਾ ਹੋਵੇ ਬੱਚਾ ماں ਬਾਰੇ ਕੋਈ ਵੀ ਗੱਲ ਨਹੀਂ ਸੁਣ ਸਕਦਾ ਉਸ ਨੂੰ ਸੋਰਪੇ ਦੇ ਦਿਹਾੜੀ ਉੱਤੇ ਜਾਣ ਵਾਲੀ ਕਿਹਾ ਗਿਆ ਸੀ ਉਸ ਨੂੰ ਗਰੀਬ ਔਰਤ ਕਿਹਾ ਗਿਆ ਸੀ ਕਿ ਅਸੀਂ ਦੁੱਕੀ ਦੀਆਂ ਔਰਤਾਂ ਹਾਂ ਜੇ ਅਸੀਂ ਅੰਦੋਲਨ ਵਿੱਚ ਗਏ ਸੀ ਤਾਂ ਅਸੀਂ ਆਪਣੇ ਬੱਚਿਆਂ ਦੇ ਭੁੱਖੇ ਲਈ ਗਏ ਸੀ ਇਸ ਸਾਲ ਲੋਕ ਸਭਾ ਚੋਣਾਂ 2024 ਲਈ ਪੰਜਾਬ ਤੋਂ 328 ਉਮੀਦਵਾਰਾਂ ਨੇ ਝੋਨ ਲੜੀ ਸੀ ਪਰ ਇਹਨਾਂ ਵਿੱਚੋਂ 298 ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਜੇਕਰ ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਛੱਡ ਕੇ ਚਾਰ ਮੁੱਖ ਪਾਰਟੀਆਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਅਕਾਲੀ ਦਲ ਦੇ ਉਮੀਦਵਾਰ ਸਭ ਤੋਂ ਵੱਧ ਹਨ ਜਿਹੜੇ ਕਿ ਆਪਣੀ ਜ਼ਮਾਨਤ ਬਚਾਉਣ ਦੇ ਵਿੱਚ ਨਾਕਾਮ ਰਹੇ ਜਦਕਿ ਪੁਰਾਣੇ ਸਮੇਂ ਵਿੱਚ ਉਹਨਾਂ ਦੀ ਪਾਈਵਾਲ ਰਹੀ ਪਾਛਵਾ ਦੂਜੇ ਨੰਬਰ ਤੇ ਹੈ ਚੋਣ ਕਮਿਸ਼ਨ ਵੱਲੋਂ ਜਾਰੀ ਆਂਕੜਿਆਂ ਅਨੁਸਾਰ ਜ਼ਮਾਨਤ ਜ਼ਬਤ ਕਰਵਾਉਣ ਵਾਲੇ ਉਮੀਦਵਾਰਾਂ ਦੀ ਸੂਚੀ ਵਿੱਚ ਅਕਾਲੀ ਦਲ ਦੇ 10 ਪਾਛਪਾ ਦੇ 4 ਅਤੇ ਕਾਂਗਰਸ ਦਾ ਇੱਕ ਉਮੀਦਵਾਰ ਸ਼ਾਮਲ ਹੈ ਜਦਕਿ ਸੂਬੇ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਆਮ ਆਦੀ ਪਾਰਟੀ ਦੇ ਸਾਰੇ ਉਮੀਦਵਾਰ ਆਪਣੀ ਜ਼ਮਾਨਤ ਬਚਾਉਣ ਵਿੱਚ ਸਫਲ ਰਹੇ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਕੋ ਨੁਫਰੀਦਕੌਰ ਤੋਂ ਬਹੁਤ ਘੱਟ ਵੋਟਾਂ ਪਈਆਂ ਜਿੱਥੇ ਉਹ ਤੀਜੇ ਨੰਬਰ ਤੇ ਰਹੇ ਉੱਥੇ ਹੀ ਉਹਨਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਹਰਸਿਮਰਤ ਕੋਰ ਬਾਦਲ ਪਟਿੰਡਾ ਤੋਂ ਜਿੱਤ ਗਏ ਹਨ ਹਰਸਿਮਰਤ ਤੋਂ ਇਲਾਵਾ ਫਿਰੋਜ਼ਪੁਰ ਤੋਂ ਚੋਣ ਲੜ ਰਹੇ ਨਰਦੇਵ ਸਿੰਘ ਬੋਬੀਮਾਨ ਅਤੇ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਅਨਿਲ ਜੋਸ਼ੀ ਦੀ ਸਮਾਨਤ ਜ਼ਬਤ ਨਹੀਂ ਹੋਈ ਹੈ ਨਰਦੇਵ ਮਾਨ ਨੂੰ ਨੋਟਾਂ ਦੀਆਂ ਵੋਟਾਂ ਨੂੰ ਛੱਡ ਕੇ ਕੁੱਲ ਵੋਟਾਂ ਦਾ 22% ਹਿੱਸਾ ਹਾਸਲ ਹੋਇਆ ਜਦਕਿ ਅੰਮ੍ਰਿਤਸਰ ਵਿੱਚ ਜੋਸ਼ੀ ਨੂੰ 18% ਵੋਟਾਂ ਹੀ ਮਿਲੀਆਂ ਹਨ ਨੀਟ ਪ੍ਰੀਖਿਆ ਨੂੰ ਲੈ ਕੇ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਮਾਮਲੇ ਦੇ ਕਾਂਗਰਸ ਨੇ ਵੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਹੈ ਤਾਂ ਦੂਜੇ ਪਾਸੇ ਐਮਏ ਦੇ ਜੂਨੀਅਰ ਡਾਕਟਰਸ ਨੈਟਵਰਕ ਨੇ ਵੀ ਵੱਡੇ ਸਵਾਲ ਚੁੱਕੇ ਹਨ ਨੀਟ ਪ੍ਰੀਖਿਆ ਦੇਸ਼ ਦੀਆਂ ਸਭ ਤੋਂ ਵੱਡੀਆਂ ਪ੍ਰੀਖਿਆਵਾਂ ਵਿੱਚੋਂ ਇੱਕ ਹੈ ਇਸ ਮੈਡੀਕਲ ਪ੍ਰੀਖਿਆ ਲਈ ਸੈਂਟਰ ਭਾਰਤ ਤੋਂ ਇਲਾਵਾ ਦੂਸਰੇ ਦੇਸ਼ਾਂ ਵਿੱਚ ਵੀ ਬਣਾਏ ਜਾਂਦੇ ਹਨ 5 ਮਈ ਨੂੰ ਲਗਭਗ 24 ਲੱਖ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਦਿੱਤੀ ਸੀ ਅਜਿਹੇ ਜੇ ਰਾਜਸਥਾਨ ਦੇ ਸਵਾਈ ਮਦੋਪੁਰ ਤੋਂ ਨੀਟ ਪੇਪਰ ਲੀਕ ਹੋਣ ਦੀ ਖਬਰ ਸਾਹਮਣੇ ਆਈ ਇਸ ਤੋਂ ਇਲਾਵਾ ਹਾਲੀਜ ਨੀਟ ਪ੍ਰੀਖਿਆ ਚ ਇੱਕ ਵਿਦਿਆਰਥੀ ਦੇ ਨਤੀਜੇ ਦੀ ਪੀਡੀਐਫ ਵੀ ਵਾਇਰਲ ਹੋ ਰਹੀ ਹੈ ਜਿਸ ਚ ਵਿਦਿਆਰਥੀ ਨੇ 720 ਵਿੱਚੋਂ 719 ਅੰਕ ਹਾਸਲ ਕੀਤੇ ਹਨ ਜਦਕਿ ਜੇਕਰ ਅਸੀਂ ਪ੍ਰਸ਼ਨ ਪੱਤਰ ਦੀ ਮਾਰਕਿੰਗ ਦੇ ਹਿਸਾਬ ਦੇ ਨਾਲ ਦੇਖੇ ਤਾਂ ਇਹ ਜਿਹਾ ਸੰਭਵ ਨਹੀਂ ਹੈ ਇਸ ਨੂੰ ਲੈ ਕੇ ਪ੍ਰੀਖਿਆ ਏਜੰਸੀ ਐਨਟੀਏ ਸਵਾਲਾਂ ਦੇ ਕੇਰੇ ਵਿੱਚ ਹੈ ਦਰਸਲ ਸਵਾਲ ਇਸ ਲਈ ਵੀ ਉਠਾਏ ਜਾ ਰਹੇ ਹਨ ਕਿਉਂਕਿ ਨੀਟ ਵਿੱਚ ਕੁੱਲ 200 ਪ੍ਰਸ਼ਨ ਹਨ ਜਿਨ੍ਹਾਂ ਵਿੱਚੋਂ ਇੱਕ 80 ਪ੍ਰਸ਼ਨ ਹੱਲ ਕਰਨੇ ਹੁੰਦੇ ਹਨ ਨੀਟ ਪੇਪਰ ਵਿੱਚ ਇੱਕ ਪ੍ਰਸ਼ਨ ਗਲਤ ਹੋਣ ਉਤੇ ਇੱਕ ਅੰਕ ਮਾਈਨਸ ਮਾਰਕਿੰਗ ਵੱਜੋਂ ਕੱਟਿਆ ਜਾਂਦਾ ਹੈ ਇਸ ਨੂੰ ਦੇਖਦੇ ਹੋਏ ਵਿਦਿਆਰਥੀ ਨੇ 716 ਅੰਕ ਮਿਲਨੇ ਸਨ ਪਰ ਫਿਰ ਵੀ ਉਸ ਨੂੰ 719 ਅੰਕ ਮਿਲੇ ਹਨ ਜਿਵੇਂ ਹੀ ਨਤੀਜੇ ਦੇਖੇ ਗਏ ਰਿਜ਼ਲਟ ਵੇਖते ही ਪਲਾਈ ਪਿਲਾਈ ਦੇ ਕੋਚਿੰਗ ਇੰਸਟੀਚਿਊਟ ਅਤੇ ਨੀਟ ਦੇ 54 ਵਿਚਕਾਰ ਐਨਟੀਏ ਵਿੱਚ ਬੇਨਿਯਮਾਂ ਨੂੰ ਲੈ ਕੇ ਚਰਚਾ ਤੇਜ਼ ਹੁੰਦੀ ਦਿਖਾਈ ਦਿੰਦੀ ਹੈ ਜਗਤਾਰ ਸਿੰਘ ਹਵਾਰਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਦੇ ਕਤਲ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਦੀਆਂ ਅਦਾਲਤਾਂ ਵਿੱਚ ਲੰਬਿਤ ਦਰਜਨਾ ਕੇਸਾਂ ਦੀ ਸੁਣਵਾਈ ਨੂੰ ਲੈ ਕੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੁਣਵਾਈ ਦੌਰਾਨ ਅਦਾਲਤ ਨੇ ਉਨ੍ਹਾਂ ਦੇ ਵਕੀਲ ਤੋਂ ਪੁੱਛਿਆ ਕਿ ਉਨ੍ਹਾਂ ਦੇ ਖਿਲਾਫ ਕਿਸ ਅਦਾਲਤ ਚ ਕੇਸ ਪੈਂਡਿੰਗ ਹਨ ਅਦਾਲਤ ਨੇ ਇਸ ਸਬੰਧੀ 9 ਜੁਲਾਈ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ ਹਵਾਰਾ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਕਿ ਉਹ ਇਸ ਸਮੇਂ ਜੇਲ੍ਹ ਵਿੱਚ ਹੈ ਹਰ ਮਾਮਲੇ ਵਿੱਚ ਵਿਅਕਤੀਗਤ ਰੂਪ ਵਿੱਚ ਪੇਸ਼ ਨਹੀਂ ਹੋ ਸਕਦਾ ਅਜਿਹੀ ਸਥਿਤੀ ਵਿੱਚ ਸਬੰਧੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਕਿਉਂਕਿ ਕਿਸੇ ਵੀ ਹਾਲਤ ਵਿੱਚ ਉਸ ਨੂੰ ਅਦਾਲਤ ਵਿੱਚ ਪੇਸ਼ ਕਰੇ ਪਰ ਅਜਿਹਾ ਨਹੀਂ ਕੀਤਾ ਜਾ ਰਿਹਾ ਹਵਾਰਾ ਨੇ ਦਾਇਰ ਪਟੀਸ਼ਨ 'ਚ ਕਿਹਾ ਕਿ ਉਸ ਵਿਰੁੱਧ ਸਾਰੇ ਮਾਮਲਿਆਂ ਦੀ ਸੁਣਵਾਈ ਇੱਕ ਅਦਾਲਤ 'ਚ ਹੋਣੀ ਚਾਹੀਦੀ ਹੈ ਹਵਾਰਾ ਖਿਲਾਫ ਦਿੱਲੀ ਵਿੱਚ ਕੁੱਲ 31 ਹਰਿਆਣਾ ਵਿੱਚ ਇੱਕ ਚੰਡੀ ਵਿਚ ਤਿੰਨ ਅਤੇ ਪੰਜਾਬ ਦੀਆਂ ਕਈ ਜ਼ਿਲ੍ਹਾ ਅਦਾਲਤਾਂ ਵਿੱਚ ਕੇਸ ਪੈਂਡਿੰਗ ਹਨ 1995 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੀਨਤ ਸਿੰਘ ਦੇ ਕਤਲ ਕੇਸ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਬਾਅਦ ਹਵਾਰਾ ਖਿਲਾਫ ਕਈ ਹੋਰ ਮਾਮਲੇ ਵੀ ਦਰਜ ਕੀਤੇ ਗਏ ਸਨ ਹਾਈ ਕੋਰਟ ਨੇ ਅਗਲੀ ਸੁਣਵਾਈ ਤੇ ਇਸ ਸਬੰਧ 'ਚ ਆਂਕੜਿਆਂ ਸਮੇਤ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਸਨ ਜਿਸ ਤੋਂ ਬਾਅਦ ਧਾਰ ਪਟੀਸ਼ਨ ਤੇ ਅਗਲੀ ਸੁਣਵਾਈ ਹੋਵੇਗੀ ਤਰਨਤਾਰਨ ਵਿੱਚ 31 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ ਮੋਹਾਲੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ ਸਾਬਕਾ ਡੀਆਈਜੀ ਦਿਲਬਾਖ ਸਿੰਘ ਨੂੰ 7 ਸਾਲ ਦੀ ਕੈਦ ਤੇ 50 ਹਜ਼ਾਰ ਜੁਰਮਾਨਾ ਅਤੇ ਸੇਵਾਮੁਕਤ ਡੀਐਸਪੀ ਗੁਰਬਚਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 2 ਲੱਖ ਰੁਪਏ ਜੁਰਮਾਨਾ ਲਗਾਇਆ। ਤਰਨਤਾਰਨ 'ਚ ਸਬਜੀ ਦੀ ਰੇਡ ਲਗਾਉਣ ਵਾਲੇ ਨੌਜਵਾਨ ਗੁਲਸ਼ਨ ਕੁਮਾਰ ਨੂੰ ਅਗਵਾ ਕਰਕੇ ਫਰਜ਼ੀ ਮੁਕਾਬਲੇ 'ਚ ਕਤਲ ਕਰਨ ਦੇ ਦੋਸ਼ 'ਤੇ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਤਾਂ ਮਿਲ ਗਈ ਪਰ 90 ਸਾਲ ਦੀ ਵੱਧ ਉਮਰ ਚ ਬੁੱਢੀਆਂ ਹੱਡੀਆਂ ਨੂੰ ਤੂ ਤੂ ਕੇ ਇਨਸਾਫ ਮੰਗਦੇ ਰਹੇ ਉਸ ਦੇ ਪਿਤਾ ਚਮਨ ਲਾਲ ਦੀ ਇਨਸਾਫ ਮਿਲਣ ਤੋਂ ਪਹਿਲਾਂ ਮੌਤ ਹੋ ਗਏ ਮ੍ਰਿਤਕ ਗੁਲਸ਼ਨ ਸਿੰਘ ਪਿਤਾ ਚਮਨ ਲਾਲ ਜੋ ਗਰੀਬ ਪਰਿਵਾਰ ਨਾਲ ਸੰਬੰਧ ਹੈ ਪਿਤਾ ਨੇ ਪੁੱਤਰ ਦੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾ ਦਿਵਾਉਣ ਦੇ ਲਈ ਗੁਲਸ਼ਨ ਕੁਮਾਰ ਦੀ ਸੌਂ ਖਾ ਕੇ ਇਹ ਲੜਾਈ ਸ਼ੁਰੂ ਕੀਤੀ ਸੀ ਕਿ ਉਹ ਉਦੋਂ ਤੱਕ ਪੈਰੀ ਜੁੱਤੀ ਨਹੀਂ ਪਾਵੇਗਾ ਜਦ ਤੱਕ ਉਹ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਨਹੀਂ ਦਿਵਾ ਸਕੇਗਾ ਪਰ ਪੁਲਿਸ ਅਧਿਕਾਰੀਆਂ ਵੱਲੋਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਪਾਈਆਂ ਰੀਟਾਂ ਕਰਨਾ ਇਹ ਕੇਸ ਉੱਚ ਅਦਾਲਤਾਂ 'ਚ ਲੰਬੀਤ ਰਿਹਾ ਅਤੇ ਚਮਨ ਲਾਲ ਦੀ ਗਵਾਹੀ ਦਿੱਤੇ ਬਿਨਾਂ ਹੀ 2016 'ਚ ਮੌਤ ਹੋ ਗਈ ਅਤੇ ਉਹ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਹੁੰਦੀ ਦੇਖ ਕੇ ਬਿਨਾਂ ਹੀ ਇਸ ਜਹਾਨ ਤੋਂ ਤੁਰ ਗਿਆ ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਘਟਣਾ ਸ਼ੁਰੂ ਹੋ ਗਿਆ ਹੈ ਪਿਛਲੇ 24 ਘੰਟਿਆਂ ਦੌਰਾਨ ਮੀਂਹ ਦੇ ਭਵਿਕਵਾਨੀ ਦੇ ਬਾਵਜੂਦ ਕਿਤੇ ਵੀ ਮੀਂਹ ਨਹੀਂ ਪਿਆ ਜਿਸ ਤੋਂ ਬਾਅਦ ਪੰਜਾਬ ਦੇ ਔਸਤ ਤਾਪਮਾਨ ਵਿੱਚ ਕਰੀਬ 0.9 ਡਿਗਰੀ ਦਾ ਵਾਧਾ ਦੇਖਿਆ ਗਿਆ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਤਾਪਮਾਨ ਇੱਕ ਵਾਰ ਫਿਰ ਵਧੇਗਾ ਪੱਛਮੀ ਗੜਬੜੀ ਦਾ ਅਸਰ ਜੋ ਮੱਠਾ ਪਿਆ ਗਿਆ ਹੈ ਉਸ ਦਾ ਅਸਰ ਪੰਜਾਬ ਦੇ ਮਾਲਵੇ ਦੇ ਛੇ ਜ਼ਿਲ੍ਹੇ ਫਿਰੋਜ਼ਪੁਰ ਫਾਜ਼ਿਲਕਾ ਮੁਕਤਸਰ ਫਰੀਦਕੋਟ ਮੋਗਾ ਅਤੇ ਬਠਿੰਡਾ ਚਹੀ ਦੇਖਣ ਨੂੰ ਮਿਲੇਗਾ ਉਮੀਦ ਹੈ ਕਿ ਇੱਥੇ ਮੀਂਹ ਅਤੇ ਹਨੇਰੀ ਹੋ ਸਕਦੀ ਹੈ ਜਿਸ ਕਾਰਨ ਪੰਜਾਬ ਦੇ ਉਪਰੋਕਤ 6 ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ ਪੂਰੇ ਪੰਜਾਬ ਵਿੱਚ ਹੋਰ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਕੁਝ ਦਿਨ ਪਹਿਲਾਂ ਹੋਈਆਂ ਚੋਣਾਂ 'ਚ 543 ਮੈਂਬਰੀ ਲੋਕ ਸਭਾ ਵਿੱਚ ਐਨਡੀਏ ਨੂੰ 293 ਸੀਟਾਂ ਮਿਲੀਆਂ ਸਨ ਇਨਾਂ ਚ ਭਾਜਪਾ ਨੂੰ 240 ਸੀਟਾਂ ਮਿਲੀਆਂ ਜਦਕਿ ਟੀਡੀਪੀ ਨੂੰ 16 ਤੇ ਜੀਡੀ ਨੂੰ 12 ਸੀਟਾਂ ਮਿਲੀਆਂ ਇਹ ਦੋਵੇਂ ਪਾਰਟੀਆਂ NDA ਦੀਆਂ ਵੱਡੀਆਂ ਪਾਈਵਾਲ ਹਨ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਜ਼ਿੰਮੇਵਾਰੀ ਇਨ੍ਹਾਂ ਦੋਵਾਂ ਤੇ ਹੀ ਹੈ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਸਿਆਸੀ ਪਾਰਟੀਆਂ ਇਸ ਸਥਿਤੀ ਦਾ ਲਾਭ ਉਠਾਉਣ ਦੇ ਲਈ ਤਿਆਰ ਹਨ ਉਹਨਾਂ ਨੇ ਆਪਣੀ ਮੰਗਾਂ ਦੀ ਸੂਚੀ PM ਮੋਦੀ ਦੇ ਸਾਹਮਣੇ ਰੱਖੀ ਹੈ ਸੂਤਰ ਦੱਸਦੇ ਹਨ ਕਿ ਨਿਤੀਸ਼ ਕੁਮਾਰ ਨੂੰ ਇਸ ਵਾਰ ਕੇਂਦਰ ਚ ਤਿੰਨ ਕੈਬਨਿਟ ਅਤੇ ਇੱਕ ਰਾਜ ਮੰਤਰੀ ਦੀ ਉਮੀਦ ਹੈ ਜੀਡੀਪੀ ਦੇ ਪ੍ਰਧਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਨितीश ਕੁਮਾਰ ਦੀ ਨਜ਼ਰ ਤਿੰਨ ਅਹਿਮ ਮੰਤਰਾਲੇ ਤੇ ਟਿਕੀ ਹੋਈ ਹੈ ਇਨਾਂ ਚ ਰੇਲਵੇ ਪਿੰਡੂ ਵਿਕਾਸ ਖੇਤੀਬਾੜੀ ਤੇ ਸੜਕੀ ਆਵਾਜਾਈ ਮੰਤਰਾਲੇ ਸ਼ਾਮਲ ਹੈ ਚਰਚਾ ਹੈ ਕਿ ਜੇ ਨितीश ਕੁਮਾਰ ਨੂੰ ਜੀਡੀਏ ਕੋਟੇ ਤੋਂ ਆਪਣੀ ਪਸੰਦ ਦੇ ਚਾਰ ਮੰਤਰਾਲੇ ਮਿਲ ਜਾਂਦੇ ਹਨ ਤਾਂ ਲਲਨ ਸਿੰਘ ਸੰਜੀਤ ਚਾ ਦਿਨੇਸ਼ ਚੰਦਰ ਯਾਦਵ ਤੇ ਕੋਸ਼ਲੇਂਦਰ ਕੁਮਾਰ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਇਨਾਂ ਚ ਲਲਨ ਸਿੰਘ ਪੂਮੀਹਰ ਸੰਜੇ ਸਿੰਘ ਬ੍ਰਾਹਮਣ ਦਿਨੇਸ਼ ਚੰਦਰ ਯਾਦਵ ਤੇ ਕੋਸ਼ਲੇਂਦਰ ਕੁਮਾਰ ਕੁਰਕੁਰਮੀ ਪਾਈਚਾਰੇ ਨਾਲ ਸੰਬੰਧਿਤ ਹਨ ਰਾਮਪ੍ਰੀਤ ਮੰਡਲ ਤੇ लवली ਆਨੰਦ ਵੀ ਚਰਚਾ ਜਹ ਹਨ ਮੰਡਲ ABC ਹਨ ਅਤੇ ਜਦਕਿ ਆਨੰਦ ਰਾਜਪੂਤ ਪਾਈਚਾਰੇ ਤੋਂ ਹਨ ਕਸਟਮ ਅਧਿਕਾਰੀਆਂ ਨੇ ਦਿੱਲੀ ਦੇ ਇੰਦਰਾ ਗਾਂਧੀ ਕੁਮੰਤਰੀ ਹਵਾਈ ਅੱਡੇ ਤੋਂ 7 ਕਰੋੜ ਰੁਪਏ ਦਾ ਸੋਨਾ ਜ਼ਬਤ ਕਰਕੇ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰੋਫਾਈਲਿੰਗ ਦੇ ਆਧਾਰ 'ਤੇ ਆਈਜੀਆਈ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ 11 ਕਿਲੋਗ੍ਰam ਵਿਦੇਸ਼ੀ ਮੂਲ ਦਾ ਸੋਨਾ ਜ਼ਬਤ ਕੀਤਾ ਗਿਆ ਜਿਸ ਦੀ ਕੁੱਲ ਕੀਮਤ 7 ਕਰੋੜ ਰੁਪਏ ਹੈ। ਕਸਟਮ ਐਕਟ 1962 ਦੇ ਤਹਿਤ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੀ ਜਿਸ ਨੂੰ 7 ਸਿੱਟਾ ਹਾਸਲ ਹੋਈਆਂ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਦਿਨ ਸ਼੍ਰੋਮਣੀ ਕਾਲੀ ਦਲ ਨੂੰ ਇੱਕ ਸੀਟ ਹਾਸਲ ਹੋਈ ਜਦਕਿ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਉਨਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਕਮੀਆਂ ਤੇ ਮੰਧਨ ਕੀਤਾ ਜਾ ਰਿਹਾ ਹੈ ਕਿ ਕਿੱਥੇ ਕਿੱਥੇ ਉਹਨਾਂ ਕੋਲ ਕਮੀਆਂ ਆ ਰਹੀਆਂ ਸੋ ਤਾਨੂੰ ਵੀ ਦੱਸ ਦਿਆਂ ਕਿ ਸਿਆਸੀ ਮਾਹਰਾ ਮੁਤਾਬਿਕ ਕਿਹੜੀ ਪਾਰਟੀ ਕੋਲ ਹੋਈਆਂ ਕਿਹੜੀਆਂ ਕਿਹੜੀਆਂ ਗਲਤੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ ਨੰਬਰ 1 ਤੇ ਰਹਿਣ ਵਾਲੀ ਕਾਂਗਰਸ ਪਾਰਟੀ ਤੋਂ ਗੱਲ ਸ਼ੁਰੂ ਕਰਦੇ ਆਂ ਜਿਸ ਵੱਲੋਂ ਪਾਵੇਂ 7 ਸੀਟਾਂ ਤੇ ਜਿੱਤ ਦਰਜ ਕੀਤੀ ਗਈ ਹੈ ਪਰ ਸਿਆਸੀ ਮਹਾਰਾ ਦੇ ਅਨੁਸਾਰ ਜੇਕਰ ਕਾਂਗਰਸ ਸਹੀ ਤਰੀਕੇ ਦੇ ਨਾਲ ਉਮੀਦਵਾਰਾਂ ਦੀ ਚੋਣ ਕਰਦੀ ਤਾਂ ਇਹ ਪ੍ਰਦਰਸ਼ਨ ਹੋਰ ਬਿਹਤਰ ਹੋ ਸਕਦਾ ਸੀ ਕਾਂਗਰਸ ਪਾਰਟੀ ਨੇ ਸੰਗਰੂਰ ਤੋਂ ਸੰਗਰੂਰ ਤੋਂ ਸੁਖਬਾਲ ਖੈਰਾ ਨੂੰ ਖੜਾ ਕਰ ਦਿੱਤਾ ਜੋ ਪਾਰਟੀ ਦੀ ਵੱਡੀ ਗਲਤੀ ਸੀ ਸਥਾਨਕ ਉਮੀਦਵਾਰ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਦਿਖਾ ਸਕਦਾ ਸੀ ਇਸੇ ਤਰ੍ਹਾਂ ਵਿਜੇਂਦਰ ਸਿੰਘਲਾ ਨੂੰ ਸੰਗਰੂਰ ਛੱਡ ਕੇ ਅਨੰਦਪੁਰ ਸਾਹਿਬ ਤੋਂ ਖੜਾ ਕਰ ਦਿੱਤਾ ਪਾਵੇਂ ਕੀ ਚੰਨੀ ਅਤੇ ਰਾਜਾ ਵਡਿੰਗ ਵੀ ਆਪਣੇ ਖੇਤਰਾ ਵਿੱਚ ਬਾਹਰੀ ਸਨ ਪਰ ਉੱਥੇ ਸਮੀਕਰਨ ਵੱਖਰੇ ਸੀ ਜਿਸ ਕਰਕੇ ਉਹ ਜਿੱਤਨ ਵਿੱਚ ਕਾਮਯਾਬ ਰਹੇ ਫਰੀਦਕੋੜ ਵਿੱਚ ਵੀ ਕਾਂਗਰਸ ਪਾਰਟੀ ਮਜ਼ਬੂਤ ਉਮੀਦਵਾਰ ਖੜਾ ਨਹੀਂ ਕਰ ਸਕੇ ਖਡੂਰ ਸਾਹਿਬ ਵਿੱਚ ਕਾਂਗਰਸ ਜਿੱਤ ਤੇ ਤੈਅ ਸੀ ਪਰ ਅਮਰਿਤਪਾਲ ਸਿੰਘ ਨੇ ਕਾਂਗਰਸ ਦਾ ਸਾਰਾ ਖੇਡ ਵਿਗਾੜ ਦਿੱਤਾ ਹੁਣ ਗੱਲ ਕਰਦੇ ਹਾਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਜਿਸ ਨੇ ਉਮੀਦਵਾਰਾਂ ਦੀ ਚੋਣ ਵਿੱਚ ਕਾਫੀ ਗਲਤੀਆਂ ਕੀਤੀਆਂ ਜਿਸ ਦੇ ਨਤੀਜੇ ਵਜੋਂ ਅਕਾਲੀ ਦਲ ਨੂੰ ਮਹਿਜ ਇੱਕ ਸੀਟ ਤੇ ਸਬਰ ਕਰਨਾ ਪਿਆ ਅਕਾਲੀ ਦਲ ਵੱਲੋਂ ਸੰਗਰੂਰ ਸੀਟ ਤੋਂ ਟਿੰਟਸਾ ਪਰਿਵਾਰ ਨੂੰ ਟਿਕਟ ਨਾ ਦੇਣਾ ਵੱਡੀ ਗਲਤੀ ਸੀ ਜੋ ਇੱਥੋਂ ਵਧੀਆ ਪ੍ਰਦਰਸ਼ਨ ਦਿਖਾ ਸਕਦੇ ਸੀ ਪਰ ਸ਼੍ਰੋਮਣੀ ਅਕਾਲੀ ਦਾਲ ਨੇ ਇਕਬਾਲ ਸਿੰਘ ਨੂੰ ਟਿਕਟ ਦੇ ਕੇ ਟਿੰਸਾ ਪਰਿਵਾਰ ਦੀ ਨਰਾਜ਼ਗੀ ਸਹੇੜ ਲਈ ਇਸੇ ਤਰ੍ਹਾਂ 13 ਸਫਰ ਦਾ ਨਾਇਰਾ ਸੱਤਾਧਾਰੀ ਆਮ ਆਦੀ ਪਾਰਟੀ ਨੂੰ ਮਹਿਜ 3 ਸੀਟਾਂ ਤੇ ਹੀ ਸਬਰ ਕਰਨਾ ਪਿਆ ਇੱਥੇ ਪਾਰਟੀ ਨੇ ਆਪਣਾ ਇਹ ਨਾਰਾ ਪੂਰਾ ਕਰਨ ਦੇ ਲਈ ਵੱਧੋ ਵੱਧ ਤਾਕਤ ਚੋਣਾਂ ਵਿੱਚ ਝੋਕਦੇ ਤੇ ਜਿਸ ਸੇ ਚਲਦੇ ਆਪ ਨੇ 5 ਮੰਤਰੀਆਂ ਅਤੇ 2 ਵਿਧਾਇਕਾਂ ਨੂੰ ਚੋਣਾਂ ਵਿੱਚ ਉਮੀਦਵਾਰ ਬਣਾ ਦਿੱਤਾ ਜਿਨ੍ਹਾਂ ਵਿੱਚੋਂ 4 ਮੰਤਰੀ ਅਤੇ ਅ ਦੋ ਵਿਧਾਇਕ ਚੋਣ ਹਾਰ ਗਏ ਸਿਰਫ ਇੱਕ ਮੰਤਰੀ ਮੀਥੇਰ ਹੀ ਚੋਣ ਜਿੱਤ ਸਕਿਆ ਜੇਕਰ ਪਾਰਟੀ ਮੰਤਰੀਆਂ ਦੇ ਥਾਂ ਤੇ ਹੋਰ ਆਗੂ ਨੂੰ ਖੜਾ ਕਰ ਦਿੰਦੀ ਹਾਲਾਂਕਿ ਚੋਣ ਨਤੀਜਾ ਤਾਂ ਵੀ ਇਹੀ ਹੋਣਾ ਸੀ ਪਰ ਪਾਰਟੀ ਮੰਤਰੀਆਂ ਦੀ ਹਾਰ ਵਾਲੀ ਕਿਰਕਰੀ ਤੋਂ ਬਚ ਸਕਦੀ ਸੀ ਫਿਰ ਆਮ ਆਦੀ ਪਾਰਟੀ ਤਾਂ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ ਕਿ ਵੋਟਾਂ ਚਿਹਰਿਆਂ ਨੂੰ ਨਹੀਂ ਬਲਕਿ ਪਾਰਟੀ ਦੇ ਕੰਮਾਂ ਨੂੰ ਪੈਂਦੀਆਂ ਹਨ ਲੋਕ ਸਭਾ ਚੋਣਾਂ 2024 ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਦੁਆਰਾ ਔਰਤਾਂ ਨੂੰ ਦਿੱਤੀ ਗਈ ਗਾਰੰਟੀ ਨੂੰ ਪੂਰਾ ਕਰਨ ਲਈ ਵੱਡੀ ਗਿਣਤੀ ਵਿੱਚ ਔਰਤਾਂ ਕਦੀ ਤੌਰ ਤੇ ਯੂਪੀ ਕਾਂਗਰਸ ਦਫ਼ਤਰ ਪਹੁੰਚਿਆ ਸਨ ਉਦੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨਡੀਏ ਦੀ ਬੈਠਕ 'ਚ ਕਾਂਗਰਸ ਦੀ ਗਾਰੰਟੀ ਤੇ ਚੁਟਕੀ ਲੈਂਦੇ ਹੋਏ ਇਸ ਨੂੰ ਧੋਖਾ ਕਰਾਰ ਦਿੱਤਾ एनडीए दी मीटिंग ਵਿੱਚ ਪੀਐਮ ਜਲੇਂਦਰ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਵਿਰੋਧੀ ਧਿਰ ਦੇ ਲੋਕ ਬਹੁਤ ਝੂਠ ਬੋਲਦੇ ਹਨ ਤੁਸੀਂ ਦੇਖੋ ਚੋਣਾਂ ਦੇ ਸਮੇਂ ਉਹਨਾਂ ਨੇ ਦੇਸ਼ ਦੇ ਆਮ ਨਾਗਰਿਕਾਂ ਨੂੰ ਗੁੰਮਰਾਹ ਕਰਨ ਲਈ ਪਰਚੀਆਂ ਵੰਡੀਆਂ ਕਿ ਕਾਂਗਰਸ ਲੱਖ ਰੁਪਏ ਦੇਵੇਗੇ ਪਿਛਲੇ 2 ਦਿਨਾਂ ਤੋਂ ਮੈਂ ਦੇਖ ਰਿਹਾ ਕਿ ਕਾਂਗਰਸ ਦੇ ਦਫ਼ਤਰ ਬਾਹਰ ਕਤਾਰਾਂ ਵਿੱਚ ਖੜੇ ਲੋਕ ਇਹ ਕਹਿ ਰਹੇ ਹਨ ਕਿ ਇਹ 1 ਲੱਖ ਰੁਪਏ ਦੀ ਪਰਚੀ ਹੈ ਲੋਪਾਈ ਸਾਡੇ 1 ਲੱਖ ਲੋਕ ਇਹ ਮੰਗ ਰਹੇ ਸਨ ਯਾਨੀ ਤੁਸੀਂ ਉਹਨਾਂ ਦੀਆਂ ਅੱਖਾਂ ਵਿੱਚ ਮਿੱਟੀ ਸੁੱਟ ਦਿੱਤੀ ਹੈ ਉਹਨਾਂ ਨੂੰ ਲੱਗ ਰਿਹਾ ਸੀ ਕਿ 4 ਜੂਨ ਤੋਂ ਬਾਅਦ ਉਹਨਾਂ ਨੂੰ ਪੈਸੇ ਮਿਲ ਜਾਣਗੇ ਹੁਣ ਉਹਨਾਂ ਨਾਲ ਤੱਕਾ ਮੁਕੀ ਕੀਤੀ ਜਾ ਰਹੀ ਹੈ ਬਾਹਰ ਕੱਢਿਆ ਜਾ ਰਿਹਾ ਹੈ ਦੇਸ਼ ਅਜਈਆਂ ਕਾਰਵਾਈਆਂ ਨੂੰ ਨਾ ਤਾਂ ਭੁੱਲਦਾ ਅਤੇ ਨਾ ਹੀ ਮਾਫ ਕਰਦਾ ਹੈ ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇਰੋ ਪੰਜਾਬ ਮਿਲਿਓ ਸਿਟੀ ਵੀ ਦੇ ਨਾਲ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ